असलाकम अज जुमेरा ज़िकात की तिहार ग्यारह जून की पंजी तारीख ए रेडियो पाकिस्तान है रुखसाना मसरत खबर सुनो पहला खास खास खबर खुलासा वजीर अजम ने कीमती पत्थर के मादियाद के शोबे बरामदाद गैर मुल्की सरमाकारी बदाने लिए इस्लामाबाद में कीमती पत्थर का एक शहर बनाने हिकमत अमली बनाने का हुक्म दता है

ਪੰਜਾਬ ਦੇ ਵਜ਼ੀਰ ਆਲਾ ਨੇ ਕਿਹਾ ਹੈ ਕਿ ਸੁਭਾਈ ਹਕੂਮਤ ਕੋਰੋਨਾ ਵਬਾਹਤ ਤੇ ਕਾਬੂ ਪਾਨ ਲਈ ਮੌਸਰ ਕਾਰਵਾਈਆਂ ਕਰ ਰਹੀ ਹੈ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਵਜ਼ੀਰ ਆਜ਼ਮ Imran Khan ਨੇ Islamabad ਦੇ ਕੀਮਤੀ ਪੱਥਰਾਂ ਦਾ ਸ਼ਾਇਰ ਬਣਾਉਣ ਦੀ ਹਦਾਇਤ ਕੀਤੀ ਹੈ ਜਿੱਥੇ ਗੈਰ-ਮੁਲਕੀ سرمایہਕਾਰੀ ਤੇ ਮਾਦਨਿਆਤ ਦੀ ਬਰਾਮਦਦਤ ਨੂੰ ਵਿਵਧਾਨ ਲਈ ਇੱਕ ਹੀ ਥਾਂ ਤੇ ਸਾਰੀ ਸਹੂਲਤਾਂ ਦਿੱਤੀਆਂ ਜਾਣ। ਉਹ ਮੁਲਕ ਦੇ ਕੀਮਤੀ ਪੱਥਰਾਂ ਤੇ ਮਾਦਨਿਆਤ ਦੇ ਸ਼ੋਬੇ ਦੀ ਤਰੱਕੀ ਬਾਰੇ ਇੱਕ اجلاس ਦੀ ਸਦਾਰਤ ਕਰ ਰਹੇ ਸਨ। وزیر اعظم نے اس شعبے تے مسائل تے رپورٹ دین دی ہدایت کیتی تاں چے انہ دے حل نوں مؤثر طریقہ کار بنایا جا سکے انہاں نے کہا کہ ماتنیات دے شعبے دی ترقی نال نوجواناں نوں روزگار ملے گا تے برآمدات ودان وچ مدد ملے گی اجلاس وچ قیمتی پتھراں دے ذخیرے اس حوالے نال تحقیق غیر ملکی سرمایہ کاری دی حوصلہ افزائی تے وفاق تے صوبہ مشکار اس بارے مؤثر بنان دے معاملیاں تے گل بات کیتی گئی ਖਰਚਾ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੀਸ਼ੀ ਨੇ ਕਿਹਾ ਹੈ ਕਿ ਭਾਰਤੀ وزیراعظم ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਖਿਲਾਫ ਨਫ਼ਰਤ ਫੈਲਾੰਤ ਤੇ ਗੁੱਸਾ ਦਿਵਾਨ ਵਾਲੀਆਂ ਹਰਕਤਾਂ ਕਰ ਰਿਹਾ ਹੈ। ਇੱਕ ਨਿੱਜੀ ਟੀਵੀ ਚੈਨਲ ਉੱਤੇ ਗੱਲਾਂ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਅੱਧੇ ਅਮਲੇ ਨੂੰ ਵਾਪਸ ਭੇਜਣ ਦਾ ਮੋਦੀ ਦਾ ਫੈਸਲਾ ਇਹਦੀ ਇੱਕ ਮਿਸਾਲ ਹੈ ਕਿ ਭਾਜਪਾ ਹਕੂਮਤ ਤੇਜ਼ੀ ਨਾਲ ਵਿਗੜਦੀ ਮੌਅਸੀ ਸੁਰਤਿ ਹਾਲ ਤੋਂ ਆਪਣੇ ਲੋਕਾਂ ਦੀ ਤਵੱਜੋ ਹਟਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨੀ ਹਾਈ ਕਮਿਸ਼ਨ ਦੇ 50% ਦਮਲੇ ਨੂੰ ਘਟਾਉਣਾ ਤੇ ਦੂਜੇ ਗੈਰ ਕਾਨੂੰਨੀ ਕੰਮ ਵਿਆਨਾ ਕਨਵੈਨਸ਼ਨ ਦੀ ਖਿਲਾਫ ਵਰਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਜਿਸ ਤਰ੍ਹਾਂ ਕਰੇਗਾ ਪਾਕਿਸਤਾਨ ਵੱਲੋਂ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਜਾਏਗਾ। ਸ਼ਾਹ ਮਹਿਮੂਦ ਕੁਰੀਸ਼ੀ ਨੇ ਕਿਹਾ ਕਿ ਭਾਰਤ ਫੌਜ ਤੇ ਜ਼ੁਲਮ ਤੇ ਮਾਸੂਮ ਕਸ਼ਮੀਰੀਆਂ ਦੇ ਇਨਸਾਨੀ ਹਕੂਕ ਦਬਾ ਕੇ ਉਨ੍ਹਾਂ ਦੀ ਆਜ਼ਾਦੀ ਦੀ ਕੋਸ਼ਿਸ਼ਾਂ ਨੂੰ ਰੋਕ ਨਹੀਂ ਸਕਦੀ। ਆਬੀ ਵਸੀਲਿਆਂ ਬਾਰੇ ਵਜ਼ੀਰ ਫੈਸਲ ਵਾਪਟਾ ਨੇ ਕਿਹਾ ਹੈ ਕਿ ਹਕੂਮਤ ਦਿਆਮਰ ਭਾਸ਼ਾ ਡੈਮ ਨੂੰ ਵੇਲੇ ਸਰ ਮੁਕੰਮਲ ਕਰਨ ਦਾ ਪੱਕਾ ਇਰਾਦਾ ਰੱਖਦੀ ਹੈ। منصوبے ਉਤੇ अमल در آمد ਦੇ ਹਵਾਲੇ ਨਾਲ ਕੇ ਜ਼िलाស្ਦੀ ਸਿਦਾਰਤ ਕਰਦੇ ਹੋਇਆਂ ਉਨ੍ਹਾਂ ਕਿਹਾ ਕਿ ਕੋਰੋਨਾ وبਾਹਤ ਦੇ ਬਾਵਜੂਦ ਪਾਣੀ ਦੇ ਜ਼ਖੀਰੇ ਨੂੰ ਬਣਾਉਣ ਲਈ ਕੰਮ ਤੇਜ਼ੀ ਨਾਲ جاری ਰਹੇਗਾ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਤਾਦਾਦ ਦੇ ਜੋ ਮਸ਼ੀਨਾ ਮਨਸੂਬੇ ਦੀ ਜਗ੍ਹਾ ਤੇ ਪਹੁੰਚਾ ਦਿੱਤੀਆਂ ਗਈਆਂ ਨੇ। ਫੈਸਲ ਬਾਵਾਟਾ ਨੇ ਆਖਿਆ ਕਿ ਮਨਸੂਬੇ ਉਤੇ ਸਖਤੀ ਨਾਲ अमल ਦਰਾਮਦ ਕੀਤਾ ਜਾਏਗਾ। ਪਾਕਿਸਤਾਨ ਨੇ ਬੈਨ ਅਲਕਵਾਮੀ ਸਮੁੰਦਰੀ ਤਨਜ਼ੀਮ ਦੇ ਮੈਂਬਰ ਮੁਲਕਾਂ ਨੂੰ ਕਿਹਾ ਹੈ ਕਿ ਬਹਿਰੀ ਜਹਾਜ਼ਾਂ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਵਾਪਸੀ ਦੀ ਸਹੂਲਤ ਦਿੱਤੀ ਜਾਏ। ਇਹ ਗੱਲ ਸਮੁੰਦਰੀ ਮਾਮਲਿਆਂ ਦੇ ਵਜ਼ੀਰ ਅਲੀ ਹੈਦਰਜ਼ੈਦੀ ਨੇ ਮਲਾਵਾਂ ਦੇ ਆਲਮੀ ਦਿਨ ਦੇ ਮੌਕੇ ਤੇ ਕਹੀ ਜਿਹੜੀ ਅੱਜ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹਿਲਾਂ ਹੀ ਬੈਨ ਅਲਕਵਾਮੀ ਸਫਰੀ پابੰਦੀਆਂ ਖਤਮ ਕਰ ਚੁੱਕਿਆ ਹੈ ਤੇ ਬਹਿਰੀ ਜਹਾਜ਼ਾਂ ਉੱਤੇ ਫਸੇ ਕੰਮ ਕਰਨ ਵਾਲਿਆਂ ਨੂੰ ਵਾਪਸ ਲਿਆਉਂਦਾ ਪੱਕਾ ਇਰਾਦਾ ਰੱਖਦਾ ਹੈ। ਉਨ੍ਹਾਂ ਕਹੇ ਕਿ ਬਹੁਤ ਸਾਰੇ ਪਾਕਿਸਤਾਨੀ ਨਾ ਸਿਰਫ ਮুলਕੀ ਬੈਰੀ ਜਾਜ਼ਾ ਬਲਕਿ ਗੈਰ ਮুলਕੀ ਬੈਰੀ ਜਾਜ਼ਾ ਉਤੇ ਕੰਮ ਕਰ ਰਹੇ ਨੇ ਸਮੁੰਦਰ ਪਾਰ ਪਾਕਿਸਤਾਨੀਆਂ ਦੇ ਮਾਮਲਿਆਂ ਬਾਰੇ ਖੁਸੂਸੀ ਮੁਆਵਿੰਦ ਸੈਦ ਜ਼ulfiqar ਬਾਸ ਬੁਖਾਰੀ ਨੇ ਕਿਹਾ ਹੈ ਕਿ ਹਕੂਮਤ ਨੇ ਸਮੁੰਦਰ ਪਾਰ ਪਾਕਿਸਤਾਨੀਆਂ ਲਈ ਇੱਕ ਵੈਬ ਪੋਰਟਲ ਬਣਾਇਆ ਹੈ ਜਿਦੇ ਤੋਂ ਉਹ ਪਾਕਿਸਤਾਨੀ ਫਾਇਦਾ ਚੁੱਕ ਸਕਦੇ ਨੇ ਜਿਨ੍ਹਾਂ ਦੀਆਂ ਨੌਕਰੀਆਂ ਨਹੀਂ ਨੇ ਤਾਂ ਮੁਸ਼ਕਲਾਂ ਦਾ ਸ਼ਿਕਾਰ ਨੇ ਪੀਟੀਵੀ ਨਾਲ ਗੱਲਾਂ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਅਸੀਂ अज परवा पूरी तरह बहाल नहीं की परूमत फसे हुए वापस ले, हर कार मुसाफर सेहत की वजारत शहरी हवाबाजी वालों तय किए एहतियाती असूलों उ अमल करना होगा खसूसी मुआविन का कहना सकूमत मुल्के सियाहत खोलने हिकमत अमली बना रही है विफाकी तलीम तेसावराना तरबीय बारे वजीर शफकत महमूद ने कहा है कि सनती शोबे दरत ਫਨੀ ਤੇ ਪੇਸ਼ਾਵਰਾਨਾ ਤਰਬੀਅਤੀ ادارے ਖੁਲਣ ਬਾਰੇ ਇੱਕ ਮਨਜ਼ਮ ਪਾਲਿਸੀ ਬਣਾਈ ਜਾਏਗੀ ਉਹ ਇਸਲਾਮਾਬਾਦ ਵਿੱਚ ਸੁਬਾਈ تعلیمی ਵਜ਼ੀਰਾ ਪੇਸ਼ਾਵਰਾਨਾ ਤੇ ਫਨੀ تعلیم ਤੇ ਤਰਬੀਅਤ ਤੇ ਕੌਮੀ ਵੋਕੇਸ਼ਨਲ ਤੇ ਫਨੀ ਤਰਬੀਅਤੀ ਕਮਿਸ਼ਨ ਦੇ اجلاس ਦੀ ਸਦਾਰਤ ਕਰ ਰਹੇ ਸਨ اجلاس ਵਿੱਚ ਸਾਰੇ ਮੁਲਕ ਵਿੱਚ ਫਨੀ ਤੇ ਪੇਸ਼ਾਵਰਾਨਾ تعلیمی ادارے ਮਰਹਲਾਵਾਰ ਖੋਲਣ ਦੇ ਮਾਮਲੇ ਦਾ ਜਾਇਜ਼ਾ ਲਿਆ ਗਿਆ ਵਿਫਾਕੀ ਵਜ਼ੀਰ ਨੇ ਸਾਰੇ ਸੂਬਿਆਂ ਤੇ ਮੁਤਲਕਾ ਇਦਾਰਿਆਂ ਨੂੰ 3 ਦਿਨਾਂ ਦੇ ਅੰਦਰ ਤਜਵੀਜ਼ਾਂ ਦੇਣ ਦੀ ਲੈ ਕੇ ਆਏ ਉਹਨਾਂ ਕਿਹਾ ਕਿ ਤਜਵੀਜ਼ਾਂ ਨੂੰ ਵੇਖ ਕੇ ਵਜ਼ੀਰ ਆਜ਼ਮ ਨੂੰ ਰਿਪੋਰਟ ਦਿੱਤੀ ਜਾਏਗੀ ਜਿਹਦੇ ਬਾਅਦ ਇੱਕ ਹਤਮੀ ਸਮਰੀ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਨੂੰ ਭਿਜਵਾਈ ਜਾਏਗੀ ਸ਼ਫਕ ਮਹਿਮੂਦ ਦਾ ਕਹਿਣਾ ਸੀ ਕਿ ਪਹਿਲੇ ਮਰਹਲੇ 'ਚ ਉਹ ਇਦਾਰੇ ਖੋਲੇ ਜਾਣਗੇ ਜਿਹੜੇ ਕਾਰਖਾਨਿਆਂ ਨੂੰ ਬਰਾਹੇ ਰਾਸ ਤਰਬੀਅਤ ਫਰਾਹਮ ਕਰਦੇ ਨੇ ਜਦਕਿ ਦੂਜੇ ਮਰਹਲੇ 'ਚ ਕਲਾਸਾਂ ਵਿੱਚ ਪੜ੍ਹਾਈ ਵਾਲੇ ਇਦਾਰੇ ਖੋਲੇ ਜਾਣਗੇ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਪੰਜਾਬ ਦੇ ਵਿਜ਼ਰੀਆਲਾ ਸਰਦਾਰ ਉਸਮਾਨ ਬੁਸਦਾਰ ਨੇ ਕਿਹਾ ਕਿ ਕੋਰੋਨਾ ਵਬਾਦੀ وجہ ਤੋਂ ਮੁਲਕ ਦੇ ਚ ਗੈਰਮਾਮੂਲੀ ਸੁਰਤਿ ਹਾਲ ਹੈ ਉਹਨਾਂ ਇਹ ਗੱਲ ਲਾਹੌਰ ਵਿੱਚ ਸੁਬਾਈ ਅਸੈਂਬਲੀ ਦੇ ਮੈਂਬਰਾਂ ਦੇ ਇੱਕ ਵਕਤ ਨਾਲ ਗੱਲਾਂ ਕਰਦਿਆਂ ਹੋਇਆਂ ਕਹੀਏ ਇਸ ਮੌਕੇ ਤੇ ਉਹਨਾਂ ਆਵਾਮੀ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਸੁਰਤਿ ਹਾਲ ਨਾਲ ਨਿਭੜਨ ਲਈ ਕੰਮ ਕਰਨ ਉਹਨਾਂ ਕਿਹਾ ਕਿ ਸੁਬਾਈ ਹਕੂਮਤ ਨੇ ਵਬਾਦੇ ਫੈਲਣ ਨੂੰ ਰੋਕਣ ਲਈ ਮؤਸਰ ਕਾਰਵਾਈਆਂ ਕੀਤੀਆਂ ਨੇ ਤੇ ਰੋਜ਼ਾਨਾ ਦੀ ਬੁਨਿਆਦ ਉੱਤੇ ਕੋਰੋਨਾ ਟੈਸਟ ਕਰਨ ਦੀ ਸਲਾਹਯਤ 12000 ਹੋ ਗਈ ਹੈ। ਉਹਨਾਂ ਨੁਮਾਇੰਦਿਆਂ ਨੂੰ ਕਿਹਾ ਕਿ ਹਸਪਤਾਲ ਵਿੱਚ ਜਾਣ ਤੇ ਉੱਥੇ ਇਲਾਜ ਦੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਬਿਮਾਰਾਂ ਦੀ ਖਿਦਮਤ ਕਰਨ ਵਾਲੇ ਡਾਕਟਰਾਂ ਤੇ ਤਿੱbbi ਅਮਲੇ ਦਾ ਹੌਸਲਾ ਵਧਾਨ ਸਰਦਾਰ ਉਸਮਾਨ ਬੁਸਤਾਰ ਦਾ ਕਹਿਣਾ ਸੀ ਕਿ ਬਾਈਕਰੋਡ ਆਵਾਮ ਨੂੰ ਪਤਾ ਹੈ ਕਿ ਹਕੂਮਤ ਨੇ ਵਬਾ ਦਾ ਫੈਲਾਅ ਰੋਕਣ ਲਈ ਵੇਲੇ ਸਰਕਾਰਵਾਈਆਂ ਕੀਤੀਆਂ ਤੇ ਸਾਰੇ ਫਰੀਕਾ ਨਾਲ ਰਲ ਕੇ ਫੈਸਲੇ ਕੀਤੇ। ਪੰਜਾਬ ਵਿੱਚ ਸਨਤਾਂ ਤੇ ਤਜਾਰਤ ਦੇ ਵਜ਼ੀਰ ਮੀਆਂ ਅਸलम ਇਕਬਾਲ ਨੇ ਕਿਹਾ ਹੈ ਕਿ ਸਨਤੀ ਇਲਾਕਿਆਂ 'ਚ کارਖਾਨੇ ਲੱਗਣ ਨਾਲ ਰੋਜ਼ਗਾਰ ਤੇ ਮੌਕੇ ਵਧਣਗੇ। ਉਹ ਲਾਹੌਰ 'ਚ ਇਕ ਜਲਾਸਤਿ ਸਦਾਰਤ ਕਰ ਰਹੇ ਸਨ। ਸੂਬਾਈ ਵਜ਼ੀਰ ਨੇ ਯਕੀਨ ਦਿਵਾਇਆ ਕਿ ਸਾਰੇ ਸੂਬੇ 'ਚ ਸਨਤੀ ਇਲਾਕਿਆਂ ਨੂੰ 100% ਤੱਕ ਆਬਾਦ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਡੀਜੀ ਖਾਨ ਤੇ ਲਾਹੌਰ-ਸਿਆਲਕੋਟ ਮੋਟਰਵੇਜ਼ ਉੱਤੇ ਜਦੀਦ ਸਹੂਲਤਾਂ ਵਾਲੇ ਸਨਤੀ ਇਲਾਕੇ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੁਜਰਾਵਾਲਾ-ਵਜ਼ੀਰਾਬਾਦ 'ਚ ਸਨਤੀ ਇਲਾਕੇ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਇਹ ਇਲਾਕੇ 체ਤੀ ਖੋਲ ਦਿੱਤੇ ਜਾਣਗੇ ਸੁਭਾਈ وزیر ਦਾ ਕਹਿਣਾ ਸੀ ਕਿ ਸਰਕਾਰੀ ਨਿਜੀ ਸ਼੍ਰਾਕਤਦਾਰੀ ਦੇ ਤਹਿਤ ਲਾਹੌਰ ਸਿਆਲकोट ਮੋਟਰਵੇਜ਼ ਉੱਤੇ ਸਨਤੀ ਇਲਾਕੇ ਬਣਾਏ ਜਾਣਗੇ ਫੇਸਬੁੱਕ ਦੇ ਪੇਜ ਰੇਡੀਓ ਪਾਕਿਸਤਾਨ ਪੰਜਾਬ ਪੰਜਾਬੀ ਉੱਤੇ ਤੁਸੀਂ ਹੁਣ ਤੱਕ ਦੀਆਂ ਪੰਜਾਬੀ ਖਬਰਾਂ ਸੁਨੀਆਂ ਹੋਰ ਖਬਰਾਂ ਤੇ ਤੱਸਰੇ ਸੁਣਨ ਲਈ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ